ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਵ। ਅੱਜ ਜਿਸ ਸੰਕਟ ਮੋਚਨ ਸ਼ਬਦ ਦੀ ਤੁਹਾਡੇ ਨਾਲ ਸਾਂਝ ਪਾਉਣ ਜਾ ਰਹੇ ਹਾਂ, ਇਸ ਸੰਕਟ ਮੋਚਨ ਸ਼ਬਦ ਦੇ ਜਾਪ ਦੇ ਨਾਲ ਹਰੇਕ ਤਰੀਕੇ ਦੀਆਂ ਮੁਸ਼ਕਲਾਂ ਆਸਾਨ ਹੋ ਜਾਣਗੀਆਂ। ਜ਼ਿੰਦਗੀ ਦੇ ਵਿੱਚ ਜਿੰਨੀਆਂ ਵੀ ਦੁੱਖ ਤਕਲੀਫਾਂ ਆਈਆਂ ਹੋਈਆਂ ਹਨ ਦੂਰ ਹੋ ਜਾਣਗੀਆਂ, ਬੰਧਨਾਂ ਅਤੇ ਕੈਦਾਂ ਤੋਂ ਛੁਟਕਾਰਾ ਮਿਲੇਗਾ, ਹਰੇਕ ਮੁਸੀਬਤ ਤੋਂ ਛੁਟਕਾਰਾ ਮਿਲੇਗਾ। ਗਾਉੜੀ ਗੌਰੇਰੀ ਮਹੱਲਾ ਪੰਜਵਾਂ, ਬੰਧਨ ਤੋੜ ਬੁਲਾਵੇ ਰਾਮ, ਮਨ ਮਹਿ ਲਾਗੇ ਸੱਚ ਧਿਆਨ, ਮਿਟੇ ਕਲੇਸ਼ ਸੁਖੀ ਹੋਏ ਰਹੀਏ, ਐਸਾ ਦਾਤਾ ਸਤਿਗੁਰ ਕਹੀਏ, ਸੋ ਸੁਖ ਦਾਤਾ ਜੇ ਨਾਮ ਜਪਾਵੇ, ਕਰ ਕਿਰਪਾ ਤਿਸ ਸੰਗ ਮਿਲਾਵੇ ਰਹਾਉ, ਜਿਸ ਹੋਇਆ ਦਿਆਲ ਤਿਸ ਆਪ ਮਿਲਾਵੇ, ਸਰਬ ਨਿਧਾਨ ਗੁਰੂ ਤੈ ਪਾਵੇ, ਆਪ ਤਿਆਗ ਮਿਟੇ ਆਵਣ ਜਾਣਾ, ਸਾਧ ਕੇ ਸੰਗ ਪਾਰ ਬ੍ਰਹਮ ਪਛਾਣਾ, ਜਨ ਉੱਪਰ ਪ੍ਰਭ ਭਏ ਦਿਆਲ, ਜਨ ਕੀ ਟੇਕ ਏਕ ਗੋਪਾਲ, ਏਕਾ ਲਿਵ ਏਕੋ ਮਨ ਭਾਉ, ਸਰਬ ਨਿਧਾਨ ਜਨ ਕੇ ਹਰ ਨਾਉ, ਪਾਰ ਬ੍ਰਹਮ ਸਿਉ ਲਾਗੀ ਪ੍ਰੀਤ, ਨਿਰਮਲ ਕਰਨੀ ਸਾਚੀ ਰੀਤ, ਗੁਰ ਪੂਰੇ ਮੇਟਿਆ ਅੰਧਿਆਰਾ, ਨਾਨਕ ਕਾ ਪ੍ਰਭ ਅਪਰ ਅਪਾਰਾ। ਇਸ ਸ਼ਬਦ ਦਾ 40 ਦਿਨ ਨਾਮ ਜਪਣਾ ਹੈ, 108 ਵਾਰ ਹਰ ਰੋਜ਼। ਹਰੇਕ ਤਰੀਕੇ ਦੀ ਬੰਧਨਾਂ ਤੋਂ ਕੈਦ ਤੋਂ ਛੁਟਕਾਰਾ ਮਿਲੇਗਾ, ਮੁਸ਼ਕਲਾਂ ਆਸਾਨ ਹੋਣਗੀਆਂ, ਜ਼ਿੰਦਗੀ ਦੇ ਵਿੱਚ ਚੱਲ ਰਹੀਆਂ ਮੁਸੀਬਤਾਂ ਔਖੇ ਪਲ ਝਟਪਟ ਦੂਰ ਹੋ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।